ਜਮੈਟਰੀਕਲ ਡਰਾਇੰਗ ਸੱਤਵੀਂ ਸ਼੍ਰੇਣੀ ਦਾ ਪ੍ਰਸ਼ਨ ਨੰਬਰ 7। ਇੱਕ ਸਮ ਦੋ ਭੁਜ ਤਿਕੋਣ ਏ ਬੀ ਸੀ ਬਣਾਓ ਜਿਸ ਦਾ ਆਧਾਰ ਏ ਬੀ ਅਤੇ ਇੱਕ ਭੁਜਾ ਬੀ ਦੇ ਬਰਾਬਰ ਦਿੱਤੀ ਹੋਈ ਹੈ। ਸਭ ਤੋਂ ਪਹਿਲਾਂ ਦਿੱਤਾ ਹੋਇਆ ਆਧਾਰ ਏ ਬੀ ਰੇਖਾ ਖੰਡ ਲਓ ਅਤੇ ਇੱਕ ਭੁਜਾ ਬੀ ਲਓ। ਦਿੱਤੇ ਹੋਏ ਰੇਖਾ ਖੰਡ ਬੀ ਨੂੰ ਮਾਪੋ। ਬੀ ਬਿੰਦੂ ਤੇ ਕੇਂਦਰ ਮੰਨ ਕੇ ਦਾਣੇਦਾਰ ਚਾਪ ਲਾਓ। ਪ੍ਰਕਾਰ ਨੂੰ ਓਨਾ ਹੀ ਖੁੱਲ੍ਹਾ ਰੱਖਣਾ ਹੈ। ਏ ਬਿੰਦੂ ਨੂੰ ਕੇਂਦਰ ਮੰਨ ਕੇ ਦੂਜੀ ਚਾਪ ਲਾਓ। ਦੋਨੇ ਚਾਪਾਂ ਆਪਸ ਵਿੱਚ ਸੀ ਬਿੰਦੂ 'ਤੇ ਕੱਟਣਗੀਆਂ। ਸੀ ਨੂੰ ਏ ਨਾਲ ਸੀ ਨੂੰ ਬੀ ਨਾਲ ਮਿਲਾਓ। ਇਸ ਤਰ੍ਹਾਂ ਸਾਨੂੰ ਸਮਦੋਭੁਜੀ ਤਿਕੋਣ ਏ ਬੀ ਸੀ ਪ੍ਰਾਪਤ ਹੋਵੇਗੀ।